ਡਾਕਟਰ ਵਰਿਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੇਵਾ ਸਿੰਘ ਲੋਕੂ ਕੇ ਦਾ ਅਗਲਾ ਹੰਗ ਹੈ ਫਾਂਸੀ ਦੇ ਤਖਤੇ ਵੱਲ ਜੇਲ੍ਹ ਵਿੱਚ ਵੀ ਭਾਈ ਮੇਵਾ ਸਿੰਘ ਬੜੇ ਠਰਮੇ ਤੇ ਚੜ੍ਹਦੀ ਕਲਾ 'ਚ ਰਹਿੰਦਾ ਬਾਣੀ ਦਾ ਪਾਠ ਕਰਦਾ ਰਹਿੰਦਾ ਉਹਦਾ ਵਕੀਲ ਮਿਸਟਰ ਵੁੱਡ ਚਾਹੁੰਦਾ ਸੀ ਕਿ ਭਾਈ ਮੇਵਾ ਸਿੰਘ ਦੀ ਜਾਨ ਦੇ ਬਚਾ ਲਈ ਅਪੀਲ ਕੀਤੀ ਜਾਵੇ ਜਿਵੇਂ ਮੇਵਾ ਸਿੰਘ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕਿਸੇ ਪ੍ਰਕਾਰ ਦੀ ਬਹਿਸਬਾਜ਼ੀ ਕਰਨ ਤੋਂ ਵਰਜ ਕੇ ਮੀਵਾ ਸਿੰਘ ਨੇ ਮਿਸਟਰ ਵੁੱਡ ਨੂੰ ਕੇਵਲ ਆਪਣਾ ਲਿਖਤੀ ਬਿਆਨ ਹੀ ਅਦਾਲਤ ਵਿੱਚ ਪੜ੍ਹ ਕੇ ਸੁਣਾਉਣ ਦੀ ਆਗਿਆ ਦਿੱਤੀ ਸੀ। ਉਵੇਂ ਹੀ ਉਹਨੇ ਹੁਣ ਵੀ ਮਿਸਟਰ ਵੁੱਡ ਦੀ ਅਪੀਲ ਕਰਨ ਦੀ ਤਜ਼ਵੀਜ਼ ਠੁਕਰਾ ਦਿੱਤੀ। ਮਿਸਟਰ ਵੁੱਡ ਫਿਰ ਵੀ ਚਾਹੁੰਦਾ ਸੀ ਵੀ ਕੋਈ ਨਾ ਕੋਈ ਅਜਿਹਾ ਹੀ ਲਵਸੀਲਾ ਵਰਤਿਆ ਜਾਣਾ ਚਾਹੀਦਾ ਹੈ ਜਿਸ ਨਾਲ ਮੀਵਾ ਸਿੰਘ ਦੀ ਜਾਨ ਦਾ ਬਚਾਅ ਹੋ ਸਕੇ। ਉਹਨੂੰ ਇੱਕ ਤਰਕੀਬ ਸੁਝੀ। ਉਹਨੇ ਜਸਟਿਸ ਮਿਸਟਰ ਕੋਲ ਦਰਖਾਸਤ ਦਿੱਤੀ ਕਿ ਮੀਵਾ ਸਿੰਘ ਦਾ ਦਿਮਾਗੀ ਤوازن ਠੀਕ ਨਹੀਂ ਇਸ ਲਈ ਉਹਦਾ ਡਾਕਟਰੀ ਮੁਆਇਨਾ ਕਰਵਾਇਆ ਜਾਣਾ ਚਾਹੀਦਾ ਹੈ ਆਮ ਲੋਕਾਂ ਲਈ ਇਹ ਹੈਰਾਨੀ ਦਾ ਕਾਰਨ ਤਾਂ ਹੈ ਹੀ ਸੀ ਕਿ ਬੰਦੇ ਦੇ ਸਾਹਮਣੇ ਕੁਝ ਦਿਨਾਂ ਦੀ ਵਿਤ ਤੇ ਮੌਤ ਘਲੋਤੀ ਹੋਵੇ ਤੇ ਉਹਦੇ ਚਿਹਰੇ ਤੇ ਖੌਫ ਤੇ ਕਬਰਾਟ ਦਾ ਕੋਈ ਚਿੰਨ ਨਹੀਂ ਹੋਵੇ ਉਹ ਇਸ ਤਰ੍ਹਾਂ ਵਿਹਾਰ ਕਰੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਮੇਵਾ ਸਿੰਘ ਦੇ ਇਸ ਅਸਾਧਾਰਨ ਵਿਹਾਰ ਨੂੰ ਆਧਾਰ ਮੰਨ ਕੇ ਮਿਸਟਰ ਵੁੱਡ ਆਸਵੰਦ ਸੀ ਕਿ ਸ਼ਾਇਦ ਡਾਕਟਰ ਉਹਦੀ ਇੱਛਾ ਅਨੁਸਾਰ ਰਿਪੋਰਟ ਕਰ ਦੇਵੇਗਾ ਮਿਸਟਰ ਵੁੱਡ ਦੀ ਬੇਨਤੀ ਸਵੀਕਾਰ ਕਰਦੇ ਹਨ ਜਸਟਿਸ ਮਿਨਿਸਟਰ ਸੀਜੀ ਡੋਇਟੀ ਨੇ 3 ਜਨਵਰੀ 1915 ਨੂੰ ਨਿਊ ਵੈਸਟਮਿੰਸਟਰ ਮੈਂਟਲ ਹੈਲਥ ਇੰਸਟੀਚਿਊਟ ਦੇ ਸਬਡੰਡ ਨੂੰ ਟੈਲੀਗ੍ਰਾਮ ਭੇਜੀ ਕਿ ਮੇਵਾ ਸਿੰਘ ਦਾ ਜਲਦੀ ਤੋਂ ਜਲਦੀ ਮੁਆਇਨਾ ਕੀਤਾ ਜਾਏ ਤੇ ਫੌਰਨ ਉਹਨੂੰ ਇਹਦੀ ਰਿਪੋਰਟ ਭੇਜੀ ਜਾਏ ਨਿਊ ਵੈਸਟਮਿੰਸਟਰ ਮੈਂਟਲ ਹੈਲਥ ਇੰਸਟੀਚਿਊਟ ਦੇ ਸਬਡੰਡ ਜੇਪੀ ਮੈਕੇਨੇ 5 ਜਨਵਰੀ ਨੂੰ ਭਾਈ ਮੇਵਾ ਸਿੰਘ ਦਾ ਮੁਆਇਨਾ ਕੀਤਾ ਮੇਵਾ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਕੋਈ ਐਸੀ ਪੁੱਠੀ ਸਿੱਧੀ ਹਰਕਤ ਨਾ ਕੀਤੀ ਜਿਸ ਤੋਂ ਇਹ ਜਾਪੇ ਕਿ ਉਹਨਾਂ ਦਾ ਦਿਮਾਗ ਠੀਕ ਨਹੀਂ ਮੇਵਾ ਸਿੰਘ ਨੇ ਆਖਿਆ ਕਿ ਉਹ ਨਹੀਂ ਹੱਪਕਿੰਸਨ ਦਾ ਕਤਲ ਪੂਰੇ ਹੋਸ਼-ਵਾਸਟ ਕੀਤਾ ਉਹ ਇਹਦੀ ਬਣਦੀ ਸਜ਼ਾ ਭੁਗਤਣ ਲਈ ਤਿਆਰ ਹੈ ਮਿਸਟਰ ਮਕੇ ਨੇ ਉਸੇ ਦਿਨ ਜਸਟਿਸ ਮਨਿਸਟਰ ਨੂੰ ਟੈਲੀਗ੍ਰਾਮ ਰਾਹੀਂ ਰਿਪੋਰਟ ਭੇਜ ਦਿੱਤੀ ਕਿ ਮੇਵਾ ਸਿੰਘ ਦਾ ਦਿਮਾਗੀ ਤوازن ਬਿਲਕੁਲ ਠੀਕ ਹੈ ਉਸ ਵੇਲੇ ਦੀਆਂ ਗੁਪਤ ਸਰਕਾਰੀ ਰਿਪੋਰਟਾਂ ਦੱਸਦੀਆਂ ਕਿ ਨਿਊ ਵੈਸਟ ਮਿਨਿਸਟਰ ਦੀ ਪ੍ਰੋਵਿੰਸ਼ੀਅਲ ਜੇਲ੍ਹ ਵਿੱਚ ਜ਼ਿੰਦਗੀ ਦੇ ਰਹਿੰਦੇ ਬਾਕੀ ਦਿਨ ਵੀ ਮੇਵਾ ਸਿੰਘ ਨੇ ਪਹਿਲਾਂ ਵਾਂਗੀ ਪੂਰੀ ਚੜ੍ਹਦੀ ਕਲਾ 'ਚ ਬਿਤਾਏ ਆਖਰ 11 ਜਨਵਰੀ 1915 ਦਾ ਦਿਨ ਆ ਪੁੱਜਾ ਅੰਤਿਮ ਸਮੇਂ ਦੀਆਂ ਧਾਰਮਿਕ ਰਸਮਾਂ ਨਿਭਾਉਣ ਲਈ ਗ੍ਰੰਥੀ ਭਾਈ ਮਿਤ ਸਿੰਘ ਪੰਡੋਰੀ ਜੇਲ੍ਹ 'ਚ ਪਹੁੰਚ ਚੁੱਕਾ ਸੀ ਭਾਈ ਮੇਵਾ ਸਿੰਘ ਨੇ ਭਾਈ ਮਿਤ ਸਿੰਘ ਨੂੰ ਫਤਿਹ ਬੁਲਾ ਕੇ ਆਪਣੇ ਭਾਈਚਾਰੇ ਦੇ ਲੋਕਾਂ ਲਈ ਆਖਰੀ ਪੈਗਾਮ ਦਿੱਤਾ ਇਸ ਗੁਲਾਮੀ ਦੇ ਸਰਾਬ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ ਫਿਰ ਇਹ ਕੰਮ ਤਾਂ ਹੀ ਹੋ ਸਕੇਗਾ ਜੇ ਇਸ ਇਲਾਕੇ ਬੰਦੀ ਤੇ ਮذਬੀ ਅਸਹਿਣਸ਼ੀਲਤਾ ਬਿਲਕੁਲ ਨਾ ਰਹੇ ਨਾ ਮਾਝੇ ਮਾਲਵੇ ਦੁਆਬੇ ਦੇ ਸਵਾਲ ਉੱਠਣ ਨਾ ਹਿੰਦੂ ਮੁਸਲਮਨ ਤੇ ਸਿੱਖ ਮذਬਾਂ ਦੇ ਸਵਾਲ ਉੱਠਣ ਅੰਤਿਮ ਸਮੇਂ ਸੁਨੇਹਾ ਦੇਣਾ ਦੱਸਦਾ ਕਿ ਭਾਈ ਮੇਵਾ ਸਿੰਘ ਆਪਣੇ ਨਿਸ਼ਾਨੇ ਤੇ ਸੋਚ ਬਾਰੇ ਕਿੰਨਾ ਸੁਚੇਤ ਸਪਸ਼ਟ ਤੇ ਪ੍ਰਤੀਬੱਧ ਸੀ ਸਵੇਰ ਦੇ 7:30 ਵਜੇ ਜੇਲ੍ਹ ਦੇ ਕਰਮਚਾਰੀਆਂ ਨੂੰ ਫਾਂਸੀ ਦੇ ਤਖਤੇ ਵੱਲ ਲਿਆ ਤੁਰੇ। ਭਾਈ ਮੇਵਾ ਸਿੰਘ ਨੇ ਸਵੈਮਾਨ ਚ ਪਰ ਕੇ ਸਿਰ ਉਤਾਣ ਚੁੱਕਿਆ। ਗੁਰਬਾਣੀ ਦਾ ਸ਼ਬਦ ਗਾਉਣਾ ਸ਼ੁਰੂ ਕੀਤਾ। ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ। ਸ਼ਬਦ ਗaan ਕਰਦਿਆਂ ਹੀ ਉਹ ਫਾਂਸੀ ਦੇ ਤਖਤੇ ਤੇ ਜਾ ਖਲੋਤਾ। 8:30 ਵਜੇ ਭਾਈ ਮੇਵਾ ਸਿੰਘ ਨੂੰ ਫਾਂਸੀ ਲਾ ਦਿੱਤੀ ਗਈ। ਫੈਜ਼ ਜ਼ਹਿਮਤ ਫੈਜ਼ ਨੇ ਅਜੇ ਸਿਰਲਤ ਸ਼ਹੀਦਾਂ ਬਾਰੇ ਲਿਖਿਆ। ਜਿਸ ਝਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਹ ਜਾਨ ਤੋਂ ਆ ਨਹੀਂ ਜਾਣੀ ਹੈ ਇਸ ਜੰਗ ਕੀ ਤੋਂ ਕੋਈ ਬਾਤ ਨਹੀਂ ਸ਼ਾਨ ਨਾਲ ਫਾਂਸੀ ਦੇ ਤਖਤੇ ਵੱਲ ਜਾਂਦੇ ਆ ਭਾਈ ਮੇਵਾ ਸਿੰਘ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਤੇ ਇਤਿਹਾਸ 'ਚ ਉਹਦਾ ਨਾਮ ਸਦਾ ਲਈ ਸੁਨਹਿਰੀ ਅੱਖਰਾਂ 'ਚ ਦਰਜ ਹੋ ਗਿਆ ਫਾਂਸੀ ਤੋਂ ਬਾਅਦ ਉਹਦੀ ਦੇਹ ਨੂੰ ਅੰਤਿਮ ਰਸਮਾਂ ਪੂਰੀਆਂ ਕੀਤੇ ਜਾਣ ਵਾਲੇ ਸਥਾਨ ਤੇ ਲਿਆਂਦਾ ਗਿਆ ਜਿੱਥੇ ਉਹਦਾ ਸਿੱਖ ਧਾਰਮਿਕ ਰਸਮਾਂ ਅਨੁਸਾਰ ਇਸ਼ਨਾਨ ਕਰਾਇਆ ਗਿਆ ਉਪਰੰਤ ਉਹਦੀ ਅਰਥੀ ਵੀ ਬੀਸੀਈ ਆਰਡੀਪੋ ਵੱਲੋਂ ਲਜਾਈ ਗਈ ਜਿੱਥੇ 4 ਤੋਂ 500 ਤੱਕ ਲੋਕ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਖਲੋਤੇ ਸਨ ਅੰਤਿਮ ਯਾਤਰਾ ਦਾ ਜਲੂਸ ਸ਼ੁਰੂ ਹੋਣ ਤੋਂ ਪਹਿਲਾਂ ਇਹਦੀ ਤਸਵੀਰ ਉਤਾਰੀ ਗਈ ਫਿਰ ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਰਥੀ ਦਾ ਜਲੂਸ ਬੀਸੀ ਦੀ ਫਰੇਜ਼ਰ ਮੈਲ ਵੱਲ ਰਵਾਨਾ ਹੋ ਗਿਆ ਜੇਲ੍ਹ ਤੋਂ ਪਾਈ ਮੇਵਾ ਸਿੰਘ ਦੀ ਦੇ ਬਾਹਰ ਲਿਆਏ ਜਾਣ ਤੇ ਲੋਕਾਂ ਨੇ ਸ਼ਹੀਦ ਮੇਵਾ ਸਿੰਘ ਅਮਰ ਰਹੇ ਦੇ ਨਾਰੇ ਲਾ ਕੇ ਉਹਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਉਸ ਦਿਨ ਸਖਤ ਸਰਦੀ ਸੀ ਭਾਰੇ ਮੀਂਹ ਪੈ ਰਿਹਾ ਸੀ ਤਦ ਵੀ 4-500 ਦੀ ਗਿਣਤੀ ਚ ਭਾਰਤੀ ਭਾਈਚਾਰੇ ਦੇ ਲੋਕ ਮਾਤਮੀ ਜਲੂਸ ਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ ਅਰਥੀ ਵਾਲੀ ਬੱਗੀ ਨੂੰ ਦੋ ਘੋੜੇ ਖਿੱਚ ਰਹੇ ਸਨ ਉਹਦੇ ਪਿੱਛੇ ਭਾਈਚਾਰੇ ਦੇ ਲੋਕ ਲਗਭਗ ਕਾਲੇ ਪਹਿਰਾਵੇ ਪਹਿਨੇ ਚਿੱਟੀਆਂ ਦਸਤਾਰਾਂ ਸਜਾਈ ਪੰਜ-ਪੰਜ ਜਣਿਆਂ ਦੀਆਂ ਸਿੱਧੀਆਂ ਕਤਾਰਾਂ 'ਚ ਤੁਰੇ ਜਾ ਰਹੇ ਸਨ ਨਾਲ-ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੇ ਸਨ ਗਲੀਆਂ ਗਲੀਆਂ ਤੇ ਸੜਕਾਂ ਲਗਭਗ ویرਾਨ ਤੇ ਸੁੰਨੀਆਂ ਸਨ ਕੋਈ-ਕੋਈ ਸਿਰਕਰਾਂ ਦੀਆਂ ਬਾਰੀਆਂ 'ਚ ਉੱਚਾ ਕੇ ਇਸ ਜਲੂਸ ਨੂੰ ਵੇਖ ਰਿਆ ਸੀ ਇੱਕ ਮੋੜ ਤੇ 5-10 ਬੰਦਿਆਂ ਦਾ ਝੁੰਡ ਖਲੋ ਕੇ ਜਲੂਸ ਨੂੰ ਤਾੜ ਰਿਹਾ ਸੀ ਇਹਨਾਂ 'ਚ ਇਮੀਗ੍ਰੇਸ਼ਨ ਏਜੰਟ ਮੈਲਕਮ ਰੀਡ ਵੀ ਖਲੋਤਾ ਸੀ ਰੀਡ ਨੂੰ ਕਾਮਾਗਾਟਾ ਮਾਰੂ ਕਾਂਡ ਸਮੇਂ ਉਹਦੇ ਵਿਹਾਰ ਤੇ ਫੈਸਲਿਆਂ ਕਰਕੇ 31 ਦਸੰਬਰ 1914 ਨੂੰ ਇਮੀਗ੍ਰੇਸ਼ਨ 에ਜੰਟ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਹੱਪਕਿੰਸਨ ਦੇ ਕਤਲ ਤੋਂ ਬਾਅਦ ਉਹਦੀ ਜਾਨ ਨੂੰ ਖਤਰਾ ਪਾਪਦੇ ਹੌਸਲਾ ਨੇ ਉਹਨੂੰ অন্ਟਾਰੀਓ ਪ੍ਰਾਂਤ ਦੇ ਪੂਰਬ ਵੱਲ ਖਿਸਕ ਜਾਂਦੀ ਸਲਾਹ ਦਿੱਤੀ ਸੀ ਉਹਨੇ ਇਹਨੂੰ ਮੰਨਣ ਤੋਂ ਨਾ ਕਰ ਦਿੱਤੀ ਮੇਵਾ ਸਿੰਘ ਦੇ ਅਰਥੀ ਦੇ ਜਲੂਸ ਸਮੇਂ ਰੀਡ ਦੀ ਹਾਜ਼ਰੀ ਦੇ ਕਾਰਨ ਦਾ ਪਰਮਾਣਿਕ ਸਰੋਤਾਂ ਭਾਵੇਂ ਪ੍ਰਾਪਤ ਨਹੀਂ ਤਦ ਵੀ ਇਸ ਤੋਂ ਕੁਝ ਸੰਕੇਤ ਤਾਂ ਮਿਲਦੇ ਹੀ ਹਨ ਹੋ ਸਕਦਾ ਹੈ ਉਹ ਬੀਸੀ ਚ ਏਜੰਸੀਆਂ ਦੇ ਇਨਸਪੈਕਟਰ ਦੀ ਨਵੀਂ ਅਸਾਮੀ ਤੇ ਤਾਇਨਾਤ ਹੋਣ ਕਾਰਨ ਸਰਕਾਰੀ ਡਿਊਟੀ ਨਿਭਾਉਣ ਲਈ ਉੱਥੇ ਖਲੋਤਾ ਹੋਵੇ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਮਿੱਤਰ ਹਪਕੈਂਸਨ ਦੇ ਕਾਤਲ ਨੂੰ ਮਿਲੀ ਟੁਕਵੀਂ ਸਜ਼ਾ ਦਾ ਸੱਟਾ ਵੇਖਣ ਲਈ ਨਿੱਜੀ ਹیثیت ਚ ਉੱਥੇ ਆਇਆ ਹੋਵੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਪਣੀ ਹਾਜ਼ਰੀ ਨਾਲ ਉਹ ਸਾਊਥ ਏਸ਼ੀਅਨ ਭਾਈਚਾਰੇ ਨੂੰ ਡਰਾਉਣ ਲਈ ਤੇ ਇਹ ਦੱਸਣ ਲਈ ਆਇਆ ਹੋਵੇ ਕਿ ਉਹਦੇ ਮਨ 'ਚ ਉਹਨਾਂ ਦਾ ਕੋਈ ਭੈ ਨਹੀਂ ਉਹਦੇ ਨਾਲ ਹੋਰ ਅਫਸਰਾਂ ਦੀ ਹਾਜ਼ਰੀ ਇਸ ਪਾਸੇ ਸੰਕੇਤ ਵੀ ਕਰਦੀ ਹੈ ਕਿ ਕੈਨੇਡੀਅਨ ਹਕੂਮਤ ਤੇ ਉਹਦੇ ਅਧਿਕਾਰੀ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਭੈ ਭੀਤ ਨਹੀਂ ਹੋਣ ਲੱਗੇ ਦੂਜੇ ਪਾਸੇ ਸ਼ਹੀਦ ਦੇ ਸਤਕਾਰ 'ਚ ਤੁਰੇ ਜਾ ਰਹੇ ਮਾਤਮੀ ਜਲੂਸ ਦੀ ਸ਼ਾਂਤੀ, ਦ੍ਰਿੜਤਾ ਤੇ ਉੱਠਦੇ ਟਿਕਵੇਂ ਪੈਰ ਉਸ ਸਾਬਤ ਕਦਮੀ ਦਾ ਸਬੂਤ ਦੇ ਰਹੇ ਸਨ ਜਿਸ ਸਾਬਤ ਕਦਮੀ ਨਾਲ ਭਾਈ ਮੇਵਾ ਸਿੰਘ ਆਪਣੇ ਪੱਥ ਤੇ ਤੁਰਿਆ ਸੀ ਜਲੂਸ 4 ਮੀਲ ਦੂਰ ਫਰੇਜ਼ਰ ਮਿਲ ਤੇ ਪੁਜਾ ਇਥੇ ਪੂਰੇ ਸਤਕਾਰ ਨਾਲ ਭਾਈ ਮੇਵਾ ਸਿੰਘ ਦਾ ਸਿੱਖ ਧਾਰਮਿਕ ਰਸਮਾਂ ਅਨੁਸਾਰ ਸੰਸਕਾਰ ਕਰਤਾ ਗਿਆ ਸੰਸਕਾਰ ਤੋਂ ਪਹਿਲਾਂ ਯਾਦਗਾਰੀ ਤਸਵੀਰ ਖਿੱਚੀ ਗਈ ਜਿਸਮ ਮਿਟ ਗਿਆ ਪਰ ਯਾਦ ਅਮਰ ਹੋ ਗਈ ਮੇਵਾ ਸਿੰਘ ਫਾਂਸੀ ਦੇ ਤਖਤੇ ਤੋਂ ਉਤਰ ਕੇ ਆਪਣੇ ਲੋਕਾਂ ਦੇ ਦਿਲਾਂ 'ਚ ਜਾ ਬੈਠਾ ਕੈਲੀਫੋਰਨੀਆ ਦੇ ਸਟਾਕਟਨ ਵਿਛਲੇ ਗੁਰਦੁਆਰੇ 'ਚ ਉਥੋਂ ਦੀ ਸੰਗਤ ਨੇ ਮੇਵਾ ਸਿੰਘ ਦੇ ਨਾਂ ਦਾ ਸਹਿਜ ਪਾਠ ਰਖਵਾਇਆ ਮੇਵਾ ਸਿੰਘ ਦੀ ਸ਼ਹੀਦ ਦੀ ਵਾਲੇ ਦਿਨ 11 ਜਨਵਰੀ ਨੂੰ ਇਸ ਸਹਿਜ ਪਾਠ ਦਾ ਭੋਗ ਪਾਇਆ ਗਿਆ ਭਾਈ ਮੇਵਾ ਸਿੰਘ ਦੀ ਸ਼ਹਾਦਤ ਨੂੰ ਨਮਸਕਾਰ ਕੀਤੀ ਗਈ ਅਗਲੇ ਸਾਲ ਜਨਵਰੀ 1916 ਵਿੱਚ ਕੈਨੇਡਾ ਚ ਵਸਤੇ ਭਾਰਤੀ ਭਾਈਚਾਰੇ ਵੱਲੋਂ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੀ ਪਹਿਲੀ ਵਾਰੀ ਗੰਢ ਬਣਾਈ 1917 ਵਿੱਚ ਮੋੜ ਤੋਂ ਫਰੀਜ਼ਰ ਮਿਲ ਗੁਰਦੁਆਰੇ ਚ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੀ ਦੂਜੀ ਵਾਰੀ ਗੰਢ ਬਣਾਈ ਗਈ ਇਸ ਸਮਾਗਮ 'ਚ 500 ਦੇ ਲਗਭਗ ਲੋਕ ਇਕੱਠੇ ਹੋਏ ਉਸ ਵੇਲੇ ਕੈਨੇਡਾ 'ਚ ਕੇਵਲ 1000 ਹਿੰਦੁਸਤਾਨੀ ਰਹਿੰਦੇ ਸਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਸ਼ਹੀਦ ਭਾਈ ਮੀਵਾ ਸਿੰਘ ਦੀ ਯਾਦ ਵਿੱਚ ਰੌਸ ਸਟਰੀਟ ਗੁਰਦੁਆਰੇ ਦੇ ਲੰਗਰ ਹਾਲ ਦਾ ਨਾਮ ਸ਼ਹੀਦ ਭਾਈ ਮੀਵਾ ਸਿੰਘ ਹਾਲ ਰੱਖਿਆ ਹੈ ਵੈਨਕੂਵਰ ਚ ਅਕਾਲੀ ਸਿੰਘ ਸਿੱਖ ਸੁਸਾਇਟੀ ਨੇ ਆਪਣੇ ਗੁਰਦੁਆਰੇ 'ਚ ਉਹਨਾਂ ਦੇ ਨਾਂ ਤੇ ਸ਼ਹੀਦ ਭਾਈ ਮੀਵਾ ਸਿੰਘ ਲਾਇਬ੍ਰੇਰੀ ਬਣਾਈ ਹੋਈ ਹੈ ਸ਼ੀਦ ਮੀਵਾ ਸਿੰਘ ਸੁਸਾਇਟੀ ਵੈਨਕੂਵਰ ਦੇ ਕਾਰਕੁਨ ਤੇ ਹੋਰ ਸਮਾਜਿਕ ਸੱਭਿਆਚਾਰਕ ਧਾਰੀ ਵੀ ਸਮੇਂ-ਸਮੇਂ ਭਾਈ ਮੀਵਾ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਸਮਾਗਮ ਕਰਦੇ ਰਹਿੰਦੇ ਹਨ 1908 ਵਾਲੇ ਸਿੱਧੇ ਸਫਰ ਤੇ 200 ਡਾਲਰ ਦੀ ਸ਼ਰਤ ਵਾਲੇ ਆਰਡਰ ਇਨ ਕੌਂਸਲ ਨਾਲ ਆਵਾਸ ਰੁਕ ਗਿਆ ਤੇ 2 ਸਾਲ ਦੇ ਸਮੇਂ ਵਿੱਚ ਭਾਰਤੀਆਂ ਦੀ ਕੈਨੇਡਾ 'ਚ ਗਿਣਤੀ 6000 ਤੋਂ ਘਟ ਕੇ 2200 ਤੱਕ ਸਿਮਟ ਗਈ ਧੰਨਵਾਦ